ਸਾਰਿਆਂ ਦੋਸਤਾਂ ਕੀ ਮੇਰੀ ਤਰਫੋਂ ਅਸਲਾਮ ਅਲੈਕੁਮ। ਬਾਅਦ ਅਸਲਾਮ ਮਾਰ ਜਾਈਆ ਕਿ ਕੁਝ ਦੋਸਤ ਹੈ ਸਾਡੇ ਜਿਹੜੇ ਮਤਲਬ ਹੈ ਬਾਹਰ ਮਜ਼ਦੂਰੀਆਂ ਕਰ ਰਹੇ ਨੇ ਚੱਕੂਰੀ 'ਚ, ਮਤਲਬ ਕੋਈ ਸਾਊਦੀਆ, ਕੋਈ ਦੁਬਈ, ਕੋਈ ਕੁਦਰੇ, ਕੋਈ ਕੁਦਰੇ। ਉਹਨਾਂ ਦੋਸਤਾਂ ਕੀ ਵਕਤੋਂ ਬਾ ਵਕਤੋਂ ਅਲਹਮਦੁਲਿਲਾ ਮੈਂ ਯਾਦ ਕਰਨਾ ਰਹਿੰਦਾ ਹਾਂ ਹਮੇਸ਼ਾ ਉਹਨਾਂ ਦੀਆਂ ਯਾਦਾਂ। ਅੱਜ ਕੱਲ੍ਹ ਤਾਂ ਹੈ ਨੈੱਟ ਨਾ ਦੋਹਰਾ ਤਾਂ ਤਕਰੀਬਨ ਡੇਲੀ ਹੈ ਗੱਪ ਸ਼ੱਪ ਹੋਣੀ। ਲੇਕਿਨ ਸਾਡੇ ਦੋਸਤ ਤੇ ਮਾੜੇ ਨਿੱਕੇ ਭਾਈ ਬਲਕਿ ਸ਼ਹੀਦ ਰਜ਼ਾ ਸਾਹਿਬ ਜਿਗਰ ਗਰੁੱਪ, ਰਾਜਾ ਵੈਦ ਸਾਹਿਬ, ਉਹ ਵੀ ਮਾੜੇ ਭਾਈ ਹੈ, ਵਿਕਾਸ ਆਸ਼ਮੀ ਸਾਹਿਬ, ਯਾਸਰ ਸਾਗਰ ਸਾਹਿਬ, ਇਹ ਜਿਹੜੇ ਜਨਾਬ, ਇਹਨਾਂ ਨਾਲ ਮਾੜੀ ਮੁਲਾਕਾਤ ਨਹੀਂ ਹੋਈ, ਮਾੜੇ ਗਾਇਬਾਂ ਨਾ ਦੋਸਤ ਤੇ। ਤਾਂ ਵੈਸੇ ਅਲਬਤਾ ਇਹ ਆ ਕਿ ਨੈੱਟ ਨਹੀਂ ਅੱਜ ਤੱਕ ਜਿਸ ਤਰੀਕੇ ਨਾਲ ਮਾੜਾ ਨਿੱਕਾ ਭਾਈ ਆਏ ਦੌਰਾਨ ਇਹਨਾਂ ਦੋਸਤਾਂ ਦੇ ਨਾਲ ਤਕਰੀਬਨ ਮੇਰੇ ਖਿਆਲ 'ਚ ਕੋਈ ਦੋ ਚਾਰ ਸ਼ੇਰ, ਕੋਈ ਦੋ ਚਾਰ ਗਜ਼ਲਾਂ ਕੁਦਰੇ ਕੁਦਰੇ ਯਾਦ ਕਰਨੇ ਰਹਿੰਦੇ ਹਾਂ। ਤਾਂ ਅੱਜ ਮੈਂ ਜਿਹੜਾ ਨਾ ਇੱਕ ਸ਼ੇਰ ਦੋ ਜਿਹੜੇ ਸੋਨੀ ਨਜ਼ਰ ਕਰੂ ਲਗਾਇਆ ਕਿ ਗੱਲ ਕਰਾਂ ਤਾਂ ਕੌਣ ਤਸਲੀਮ ਕਰਸੀ, ਗੱਲ ਕਰਾਂ ਤਾਂ ਕੌਣ ਤਸਲੀਮ ਕਰਸੀ, ਜਾਨ ਕਿਸ ਤਰ੍ਹਾਂ ਉਸਦੀ ਸ਼ਮਸ਼ੀਰ ਲੈ ਲਈ, ਜਿਸ ਤਰ੍ਹਾਂ ਸ਼ਿਕਾਰੀ ਸ਼ਿਕਾਰ ਕੀਤਾ, ਕਾਸ਼ ਐਸੇ ਸ਼ਿਕਾਰੀ ਨੇ ਤੀਰ ਲੈ ਲਈ। ਮੈਂ ਵੀ ਹਰ ਮੈਦਾਨ ਦਾ ਮਾਹਿਰ ਐਸਾਂ, ਲੇਕਿਨ ਕਾਤਲ ਨੇ ਬਾਜ਼ੀ ਅਖੀਰ ਲੈ ਲਈ, ਇਤਨੀ ਦੇਰ ਬਸ ਲੱਗੀ ਸਜਾਦ ਸਾਰੀ, ਅੱਖਾਂ ਤੱਕਿਆ ਤਾਂ ਦਿਲੇ ਤਸਵੀਰ ਲੈ ਲਈ। ਆਖਿਆ ਕਿ ਦੇਖਾ ਔਰ ਦੇਖ ਕਰ ਰਹਿ ਗਿਆ, ਉੱਠੀ ਮੇਰੀ ਨਿਗਾਹ ਯੂੰ ਚਲਤੇ ਚਲਤੇ, ਥੀ ਹਕੀਕਤ ਮੇਂ ਬਾਤ ਇਤਫਾਕੀ, ਜੇ ਮਿਲੇ ਵੋ ਸਰੇ ਰਾਹ ਯੂੰ ਚਲਤੇ ਚਲਤੇ। ਉਧਰ ਬਾਦੇ ਸਬਾ ਨੇ ਨਿਕਾਬ ਕਾਲੋ ਦੀਆ ਮੁੱਖ ਸੇ ਪਲਟਾ, ਯੂੰ ਚਲਤੇ ਚਲਤੇ ਕਿਆ ਬਤਾਊ ਨਈਅਰ, ਕਿਸ ਤਰ੍ਹਾਂ ਕੈਸੇ ਲੋਟਾ ਦਿਲ ਗਿਆ, ਯੂੰ ਚਲਤੇ ਚਲਤੇ। ਗੁਰਬਤ ਤਾਂ ਹੋਈ ਲੇਕਿਨ ਸਰ ਤੇ ਵੇਲਾ ਮੁਸੀਬਤ ਜਾਨ ਬਣਿਆ, ਜਾਨੀ ਦਿਲੈ ਨਾ ਦੇਣਾ ਮੈਂ ਪਾਸਾ ਤੱਕਿਆ, ਜਿਸ ਦੇ ਦਰਦ ਨੂੰ ਸਮਝਿਆ ਦਰਦ ਆਪਣਾ, ਉਸਦੇ ਦਿਲ ਵਿੱਚ ਰਹਿਮ ਨਾ ਮਾਸਾ ਤੱਕਿਆ। ਜਾਂ ਵੀ ਗਿਆ ਮੈਂ ਉਸਦੇ ਘਰ ਸਾਇਲ ਬਣ ਕੇ, ਮੁੜੀ ਆਨਿਆ ਖਾਲੀ ਹੱਥ ਕਾਸਾ ਤੱਕਿਆ, ਮੇਰਾ ਉਜੜਿਆ ਝੁੱਗਾ ਮਾਮੂਦ ਸਾਈਆਂ, ਕੋਲ ਖਲੀ ਤੇ ਸਜਣਾ ਤਮਾਸ਼ਾ ਤੱਕਿਆ। ਵਮਾ ਲੈਣਾ ਇਲਾ ਵਲਾ।